ਦੇਖੋ ਇਹ ਬੰਦ ਦੀ ਜਿਹੜੀ ਕਾਲ ਹੈ ਇਹ ਅਸੀਂ ਸਿਰਫ ਵਟਸਐਪ ਸੋਸ਼ਲ ਮੀਡੀਆ ਰਾਹੀਂ ਅਸੀਂ ਵੇਖੀ ਆ, ਕੋਈ ਸਾਨੂੰ ਇੱਥੇ ਅਨਾਊਂਸਮੈਂਟ ਨਹੀਂ ਹੈ ਕਿਸੇ ਤਰ੍ਹਾਂ ਦਾ, ਸਾਡੇ ਨਾਲ ਕਿਸੇ ਵੀ ਜਥੇਬੰਦੀ ਨੇ ਸਾਡੇ ਨਾਲ ਕੋਈ ਤਾਲਮੇਲ ਨਹੀਂ ਕੀਤਾ। ਔਰ ਮੇਰਾ ਖਿਆਲ ਹੈ ਵੀ ਜੇ ਕੋਈ ਇਹਨਾਂ ਦੀ ਕੋਈ ਆਪਣੀ ਪਰਸਨਲ ਪ੍ਰੋਬਲਮ ਹੋ ਵੀ ਸਕਦੀ ਹੈ, ਪਰ ਉਹਦੇ ਵਿੱਚ ਇਹ ਹੈ ਵੀ ਇਹਨਾਂ ਨੂੰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਲੈਣ, ਜੋ ਮਰਜ਼ੀ ਕਰ ਸਕਣ, ਲੇਕਿਨ ਇਹੋ ਜਿਹੀ ਕਾਲ ਬੰਦ ਦੇਣੀ ਮੇਰਾ ਖਿਆਲ ਹੈ ਇਹ ਕੋਈ ਸਮਝਦਾਰੀ ਵੀ ਗੱਲ ਨਹੀਂ ਹੁੰਦੀ, ਕਿਉਂਕਿ ਹਰ ਇਨਸਾਨ ਦੀ ਰੋਟੀ ਰੋਜ਼ੀ ਦਾ ਮਸਲਾ ਹੁੰਦਾ ਵਾ, ਕਾਰੋਬਾਰ ਅੱਗੇ ਖਤਮ ਹੋ ਚੁੱਕੇ ਨੇ, ਆਮ ਦੁਕਾਨਦਾਰ ਦਾ ਕਾਰੋਬਾਰ ਜਿਹੜਾ ਬਿਲਕੁਲ ਅੱਗੇ ਖਤਮ ਹੈ, ਮਾਲਾਂ ਨੇ ਖਤਮ ਕਾਰੋਬਾਰ ਤਬਾਹ ਕਰਤਾ, ਔਨਲਾਈਨ ਨੇ ਕਾਰੋਬਾਰ ਤਬਾਹ ਕਰਤਾ, ਔਰ ਅੱਜ ਦੁਕਾਨਦਾਰ ਜਿਹੜੇ ਮਿਡਲ ਦੁਕਾਨਦਾਰ ਆ ਰੋਟੀ ਰੋਜ਼ੀ ਤੋਂ ਵੀ ਤੰਗ ਬੈਠੇ ਨੇ। ਔਰ ਮੇਰਾ ਖਿਆਲ ਹੈ ਵੀ ਬੰਦ ਦੀ ਕਾਲ ਦੇਣਾ ਇਹ ਕੋਈ ਹੱਲ ਨਹੀਂ ਹੈ। ਹਾਂ, ਮੈਨੂੰ ਕੋਈ ਪ੍ਰੋਬਲਮ ਹੈ, ਸਾਡੀ ਕਮਿਊਨਿਟੀ ਕੋਈ ਪ੍ਰੋਬਲਮ ਹੈਗੀ ਹੈ, ਅਤੇ ਆਪਾਂ ਪ੍ਰੋਟੈਸਟ ਕਰ ਸਕਦੇ ਹਾਂ। ਆਪਾਂ ਵੀ ਥੋੜ੍ਹੇ ਦਿਨ ਪਹਿਲਾਂ ਇੱਕ ਪ੍ਰੋਟੈਸਟ ਕੀਤਾ ਸੀ ਬੰਗਲਾਦੇਸ਼ ਦੇ, ਜਿਹੜਾ ਉਹਦੇ ਵਿੱਚ ਜਿਹੜਾ ਹਿੰਦੂ ਪੜਤਾੜਤ ਹੋਏ ਨੇ, ਆਪਾਂ ਵੀ ਪ੍ਰੋਟੈਸਟ ਕੀਤਾ ਵਾ। ਇਹ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ, ਪਰ ਕਿਸੇ ਦੀ ਪਰਸਨਲ ਰੋਟੀ ਰੋਜ਼ੀ ਨੂੰ ਬਲੌਕ ਕਰਨਾ ਜਾਂ ਦੁਕਾਨਾਂ ਬੰਦ ਕਰਾਉਣਾ, ਮੇਰਾ ਖਿਆਲ ਹੈ ਕੋਈ ਉਹ ਵੀ ਉਹਨਾਂ ਵਿੱਚੋਂ ਵੀ ਸਾਡੇ ਭਰਾ ਕੋਈ ਬਿਜ਼ਨਸਮੈਨ ਹੋਣਗੇ, ਉਹ ਚੰਗੀ ਤਰ੍ਹਾਂ ਸਮਝ ਸਕਦੇ ਨੇ ਵੀ ਕਿਸੇ ਦੇ ਕਾਰੋਬਾਰ ਬੰਦ ਕਰਨ ਦੇ ਨਾਲ ਕਿੰਨਾ ਨੁਕਸਾਨ ਹੁੰਦਾ ਵਾ। ਇਸ ਕਰਕੇ ਮੈਂ ਸਾਰੇ ਸ਼ਹਿਰ ਵਾਸੀ ਅੱਜ ਮੇਰੇ ਦੁਕਾਨਦਾਰ ਲਾਗੇ ਸਾਥੀ ਖੜ੍ਹੇ ਨੇ, ਔਰ ਬੰਦ ਦੀ ਕਾਲ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਬਿਲਕੁਲ ਐਕਸੈਪਟ ਨਹੀਂ ਕਰਾਂਗੇ, ਕਿਉਂਕਿ ਇਹ ਬੰਦ ਜਿਹੜਾ ਵੈ ਬਿਲਕੁਲ ਇੱਕ ਸੋਸ਼ਲ ਮੀਡੀਆ ਦੀ ਇੱਕ ਫਲਾਈ ਹੋਈ ਗੱਲ ਹੈ। ਹਾਂ, ਅਗਰ ਸਾਡੇ ਸਮਾਜ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਕੋਈ ਸ਼ਹਿਰ ਵਾਸੀ ਸਾਡੇ ਕੋਲ ਆ ਕੇ ਵਪਾਰ ਮੰਡਲ ਦੇ ਨਾਲ ਕੋਈ ਤਾਲਮੇਲ ਕਰਦੇ ਨੇ, ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਆ, ਅਤੇ ਆਪਾਂ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ, ਸਲਾਹ ਮਸ਼ਵਰਾ ਆਪਣੇ ਵਪਾਰੀ ਭਰਾਵਾਂ ਦੇ ਨਾਲ ਕਰਕੇ ਆਪਾਂ ਡਿਸੀਜਨ ਲੈ ਸਕਦੇ ਹਾਂ। ਪਰ ਇਸ ਤਰ੍ਹਾਂ ਨਹੀਂ ਇੱਕ ਸੋਸ਼ਲ ਮੀਡੀਆ 'ਤੇ ਇੱਕ ਵਾਇਰਲ ਕਰਕੇ, ਅਤੇ ਇੱਕ ਭਾਰਤ ਬੰਦ ਜੋ ਮੈਂ ਅੱਜ ਪੜ੍ਹਿਆ ਵਾ ਵੇਖਿਆ, ਉਹਦੇ ਵਿੱਚ ਘਰੋਂ ਬਾਹਰ ਨਹੀਂ ਨਿਕਲ ਦੇਣਾ, ਇਹ ਹੋਣਾ ਉਹ ਹੋਣਾ, ਦੇਖੋ ਇਹ ਘਰੋਂ ਬਾਹਰ ਨਹੀਂ ਨਿਕਲ ਦੇਣਾ, ਇਹ ਤਾਂ ਬੜੀ ਇੱਕ ਵੱਡੀ ਗੱਲ ਕਹਿ ਦਿੰਦੇ ਨੇ, ਪਰ ਇੱਦਾਂ ਹੋਣਾ ਨਹੀਂ ਚਾਹੀਦਾ। ਹਾਂ, ਉਹ ਵੀ ਸਾਡੇ ਭਰਾ ਨੇ, ਜੇ ਕੋਈ ਸਮੱਸਿਆ ਹੈ ਉਹ ਆਪਣਾ ਤੌਰ 'ਤੇ DC ਸਾਹਿਬ ਨੂੰ, ਆਪਣੇ CM ਸਾਹਿਬ ਨੂੰ, ਪ੍ਰਾਈਮ ਮਿਨਿਸਟਰ ਸਾਹਿਬ ਨੂੰ ਆਪਣਾ ਮੰਗ ਪੱਤਰ ਦੇ ਸਕਦੇ, ਉਹਨੂੰ ਤਾਂ ਰਾਈਟ ਹੈ, ਬਟ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਕੋਈ ਇੱਦਾਂ ਦੀ ਗੱਲ ਹੈ ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਕਰਕੇ ਆਪਾਂ ਪ੍ਰੋਟੈਸਟ ਕਰੋ, ਜੇ ਕੋਈ ਕਿਸੇ ਤਰ੍ਹਾਂ ਦੀ ਹੋਰ ਵੀ ਮਦਦ ਲੋੜ ਆ ਅਸੀਂ ਵੀ ਤੁਹਾਡੇ ਨਾਲ, ਬਟ ਇਹ ਕਾਰੋਬਾਰ ਕਿਸੇ ਦਾ ਬੰਦ ਨਾ ਕਰਵਾਈਏ, ਜਿਹਦੇ ਨਾਲ ਆਮ ਲੋਕਾਂ ਦਾ ਜਨਜੀਵਨ ਜਿਹੜਾ ਪ੍ਰਭਾਵਿਤ ਹੋਵੇ, ਅਤੇ ਰੋਟੀ ਰੋਜ਼ੀ ਦਾ ਜਿਹੜਾ ਮਸਲਾ ਉਹ ਜਿਹੜਾ ਖਤਮ ਹੋ ਜਾਵੇ ਲੋਕਾਂ ਦਾ। ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਾਂ ਰਲ ਮਿਲ ਕੇ ਕੋਈ ਵੀ ਮਸਲਾ ਉਹਨੂੰ ਰਲ ਮਿਲ ਕੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ।